Merchant Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਦੀ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਮ ਇੱਕ ਸੁਨੇਹਾ ਜ਼ਰੂਰ ਕਰਨਾ ਚਾਹਾਂਗਾ, ਖਾਸ ਕਰਕੇ ਭਾਰਤ ਦੇਸ਼ ਦੇ ਵਾਸੀਆਂ ਲਈ, ਕਿ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹਨਾਂ ਨੇ ਆਪਣੀ ਰਾਖੀ ਖੁਦ ਕਰਨੀ ਹੈ। ਦੇਸ਼ ਦੀ ਸਰਕਾਰ ਹੱਥ ਖੜ੍ਹੇ ਕਰ ਗਈ ਲੱਗਦੀ ਹੈ। ਉਹਨਾਂ ਕੋਲ ਅਜਿਹਾ ਜਾਪਦਾ ਹੈ ਕਿ ਸਿਰਫ ਥਾਲੀਆਂ ਵਜਾਉਣਾ ਅਤੇ ਮੋਮਬੱਤੀਆਂ ਜਗਾਉਣ ਜੋਗੇ ਟੋਟਕੇ ਹੀ ਰਹਿ ਗਏ ਹਨ। ਸੋ ਕਿਰਪਾ ਕਰਕੇ ਆਪੋ ਆਪਣੇ ਘਰਾਂ ਦੇ ਵਿੱਚ ਰਹੋ, ਆਪਣੀ ਸਿਹਤ ਦਾ ਆਪ ਖਿਆਲ ਰੱਖੋ, ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੋਈ ਬਹੁਤੀ ਉਮੀਦ ਨਾ ਰੱਖਿਓ। ਇਹ ਗੱਲ ਬੜੀ ਦੁੱਖ ਭਰੀ ਹੈ, ਪਰ ਸੱਚਾਈ ਹੈ, ਇਸ ਨੂੰ ਅਸੀਂ ਬਦਲ ਨਹੀਂ ਸਕਦੇ। ਹੁਣ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110ਵੇਂ ਪੰਨੇ ਦੀ ਵਿਆਖਿਆ ਕਰਦੇ ਹਾਂ। ਮਾਝ ਮਹਿਲਾ ਤੀਜਾ, ਘਰ ਪਹਿਲਾ। ਕਰਮ ਹੋਵੈ ਸਤਿਗੁਰ ਮਿਲਾਏ, ਸੇਵਾ ਸੁਰਤ ਸ਼ਬਦ ਚਿੱਤ ਲਾਏ, ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ, ਹਉ ਵਾਰੀ ਜਿਉ ਵਾਰੀ ਸਤਿਗੁਰ ਕੇਵਲ ਹਾਰਨਿਆ, ਗੁਰਮਤੀ ਪ੍ਰਗਾਸ ਹੋਆ ਜੀ ਅਨਦਿਨ ਹਰ ਗੁਣ ਗਾਵਣਿਆ ਰਹਾਉ। ਇਹ ਬਾਣੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਲਿਖੀ ਹੋਈ ਹੈ ਅਤੇ ਗੁਰੂ ਜੀ ਕਹਿੰਦੇ ਹਨ ਕਿ ਕਰਮ ਹੋਵੈ ਸਤਿਗੁਰ ਮਿਲਾਏ, ਕਿ ਜੇ ਸਾਡੇ ਚੰਗੇ ਕਰਮ ਹੋਣ ਜਿਸ ਉੱਪਰ ਉਸ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਸ ਨੂੰ ਗੁਰੂ ਮਿਲ ਜਾਂਦਾ ਹੈ ਅਤੇ ਫਿਰ ਉਹ ਇਨਸਾਨ ਸੇਵਾ ਦੇ ਵਿੱਚ ਆਪਦਾ ਚਿੱਤ ਲਾਉਂਦਾ ਹੈ, ਗੁਰੂ ਦੇ ਸ਼ਬਦ ਦੇ ਵਿੱਚ ਚਿੱਤ ਲਾਉਂਦਾ ਹੈ। ਇਸ ਤਰ੍ਹਾਂ ਕਰਕੇ ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦਾ ਹੈ ਅਤੇ ਮਾਇਆ ਦੇ ਮੋਹ ਨੂੰ ਵੀ ਖਤਮ ਕਰ ਲੈਂਦਾ ਹੈ ਅਤੇ ਆਤਮਕ ਜੀਵਨ ਸੁਖਮਈ ਬਣਾ ਲੈਂਦਾ ਹੈ। ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਜਦੋਂ ਇਨਸਾਨ ਗੁਰੂ ਦੇ ਲੜ ਲੱਗਦਾ ਹੈ ਤਾਂ ਉਸਦੇ ਮਨ ਅੰਦਰ ਗੁਰੂ ਦੀ ਬਾਣੀ ਦਾ, ਗੁਰੂ ਦੇ ਸ਼ਬਦਾਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ, ਉਹਦੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਉਹ ਇਨਸਾਨ ਹਰ ਵਕਤ ਫਿਰ ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਤਨ ਮਨ ਖੋਜੈ ਤਾਂ ਨਾਉ ਪਾਏ, ਧਾਵਤ ਰੱਖੈ ਠਾਕ ਰਹਾਏ, ਗੁਰ ਕੀ ਬਾਣੀ ਅਣਦਿਨ ਗਾਵੈ, ਸਹਿਜੇ ਭਗਤ ਕਰਾਵਣਿਆ। ਜਦੋਂ ਇਨਸਾਨ ਆਪਣੇ ਮਨ ਅਤੇ ਤਨ ਨੂੰ ਖੋਜਦਾ ਰਹੇ, ਖੋਜਣ ਤੋਂ ਭਾਵ ਉਹੀ ਚੇਤਨਤਾ ਹੈ ਜਿਸ ਦੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਆਪਦੇ ਸਰੀਰ ਪ੍ਰਤੀ ਅਤੇ ਆਪਦੇ ਮਨ ਪ੍ਰਤੀ ਅਸੀਂ ਚੇਤਨ ਹੋ ਜਾਈਏ, ਸਾਨੂੰ ਪਤਾ ਹੋਵੇ ਵੀ ਸਾਡੇ ਮਨ ਦੇ ਵਿੱਚ ਚੱਲ ਕੀ ਰਿਹਾ ਹੈ। ਜਿੰਨਾ ਚਿਰ ਅਸੀਂ ਚੇਤਨ ਹੀ ਨਹੀਂ, ਜਿੰਨਾ ਚਿਰ ਅਸੀਂ ਅਗਿਆਨ ਹਾਂ ਆਪਣੇ ਆਪ ਤੋਂ, ਉਨ੍ਹਾਂ ਚਿਰ ਅਸੀਂ ਆਪਣੇ ਆਪ ਨੂੰ ਸਹੀ ਰਸਤੇ 'ਤੇ ਵੀ ਨਹੀਂ ਪਾ ਸਕਦੇ ਅਤੇ ਆਪਦੇ ਮਨ ਨੂੰ ਸਥਿਰ ਵੀ ਨਹੀਂ ਕਰ ਸਕਦੇ। ਪਰ ਜਦੋਂ ਅਸੀਂ ਚੇਤਨ ਹੋ ਗਏ, ਜਦੋਂ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ, ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਤੰਗ ਕਰ ਰਹੀ ਹੈ, ਤਾਂ ਫਿਰ ਅਸੀਂ ਉਸ ਚੀਜ਼ ਨੂੰ ਮਨ ਦੇ ਵਿੱਚੋਂ ਕੱਢ ਵੀ ਸਕਦੇ ਹਾਂ। ਉਦਾਹਰਣ ਦੇ ਤੌਰ 'ਤੇ ਜਿੰਨਾ ਚਿਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਬਿਮਾਰ ਹਾਂ, ਉਨ੍ਹਾਂ ਚਿਰ ਅਸੀਂ ਦਵਾਈ ਵੀ ਨਹੀਂ ਲੈ ਸਕਦੇ। ਅਤੇ ਦਵਾਈ ਲੈਣ ਦੇ ਲਈ, ਉਸ ਬਿਮਾਰੀ ਦਾ ਹੱਲ ਕਰਨ ਦੇ ਲਈ ਜਿਹੜੀ ਸਾਨੂੰ ਅੰਦਰੋਂ ਅੰਦਰੀ ਖਤਮ ਕਰ ਰਹੀ ਹੈ, ਆਪਦੇ ਅੰਦਰ ਝਾਤੀ ਮਾਰ ਕੇ ਉਸ ਬਿਮਾਰੀ ਨੂੰ ਲੱਭਣਾ ਪਏਗਾ। ਉਸੇ ਤਰ੍ਹਾਂ ਹੀ ਸਾਡੇ ਮਨ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੁੰਦੀਆਂ ਹਨ, ਬਹੁਤ ਸਾਰੀਆਂ ਚਿੰਤਾਵਾਂ ਹੁੰਦੀਆਂ ਹਨ ਜਿਹੜੀਆਂ ਸਾਨੂੰ ਅੰਦਰੇ ਅੰਦਰ ਤੰਗ ਕਰਦੀਆਂ ਰਹਿੰਦੀਆਂ ਨੇ। ਪਰ ਕਦੇ ਵੀ ਅਸੀਂ ਉਹਨਾਂ ਚਿੰਤਾਵਾਂ ਨੂੰ ਆਪਦੇ ਚੇਤਨ ਮਨ ਦੇ ਵਿੱਚ ਲੈ ਕੇ ਨਹੀਂ ਆਉਂਦੇ, ਚੇਤਨ ਮਨ ਦੇ ਵਿੱਚ ਲਿਆ ਕੇ ਅਸੀਂ ਉਹਨਾਂ 'ਤੇ ਵਿਚਾਰ ਨਹੀਂ ਕਰ ਪਾਉਂਦੇ, ਇਸ ਕਰਕੇ ਉਹ ਸਾਨੂੰ ਤੰਗ ਹੀ ਕਰਦੀਆਂ ਰਹਿੰਦੀਆਂ ਨੇ। ਇਸੇ ਲਈ ਗੁਰੂ ਜੀ ਕਹਿੰਦੇ ਨੇ ਕਿ ਤਨ ਮਨ ਖੋਜੇ ਤਾਂ ਨਾ ਉਹ ਪਾਏ, ਕਿ ਜਿਹੜੇ ਇਨਸਾਨ ਨੇ ਆਪਦਾ ਮਨ ਅਤੇ ਤਨ ਖੋਜ ਲਿਆ, ਉਸਨੂੰ ਮਾੜੇ ਪਾਸਿਓਂ ਮੋੜ ਲਿਆ, ਉਹ ਇਨਸਾਨ ਪਰਮਾਤਮਾ ਦਾ ਨਾਮ ਪਾ ਲੈਂਦਾ ਹੈ। ਅਤੇ ਜਦੋਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਤਾਂ ਫਿਰ ਉਹ ਵਿਕਾਰਾਂ ਵਾਲੇ ਪਾਸੇ ਤੌੜਦੇ ਆਪਦੇ ਮਨ ਨੂੰ ਕਾਬੂ ਵੀ ਕਰ ਲੈਂਦਾ ਹੈ, ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਦਾ ਮਨ ਵੀ ਜੋੜੀ ਰੱਖਦਾ ਹੈ। ਉਹ ਮਨੁੱਖ ਹਰ ਵੇਲੇ ਗੁਰੂ ਦੀ ਬਾਣੀ ਗਾਉਂਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ। ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਜਾਚ ਮਿਲੈ ਤਾਂ ਵੇਖਾਂ, ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ। ਕਹਿੰਦੇ ਜੋ ਬੇਅੰਤ ਗੁਣਾਂ ਦਾ ਮਾਲਕ ਪਰਮਾਤਮਾ ਹੈ, ਅਸੰਖਾ ਭਾਵ ਬੇਅੰਤ ਗੁਣਾਂ ਵਾਲਾ ਪਰਮਾਤਮਾ, ਇਸ ਕਾਇਆ ਦੇ ਅੰਦਰ ਹੀ ਵਸਦਾ ਹੈ। ਸਾਡਾ ਜੋ ਮਨੁੱਖੀ ਸਰੀਰ ਹੈ, ਉਸਦੇ ਅੰਦਰ ਹੀ ਉਹ ਪਰਮਾਤਮਾ ਵਸਦਾ ਹੈ। ਗੁਰਮੁਖ ਸਾਚ ਮਿਲੈ ਤਾਂ ਵੇਖਾਂ,
ਜਦੋਂ ਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਉਸ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ ਤਾਂ ਉਹ ਆਪਦੇ ਅੰਦਰ ਵਸਦੇ ਹੋਏ ਉਸ ਪਰਮਾਤਮਾ ਦੇ ਦਰਸ਼ਨ ਵੀ ਕਰ ਲੈਂਦਾ ਹੈ। ਇਸ ਟੌਪਿਕ ਨੂੰ ਅਸੀਂ ਇੱਕ ਵੀਡੀਓ ਦੇ ਵਿੱਚ ਐਕਸਪਲੇਨ ਕੀਤਾ ਸੀ ਕਿ ਆਪਣੇ ਅੰਦਰ ਵਸਦੇ ਹੋਏ ਪਰਮਾਤਮਾ ਨੂੰ ਅਸੀਂ ਕਿਵੇਂ ਪਛਾਣ ਸਕਦੇ ਹਾਂ। ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਜ਼ਰੂਰ ਉਸ ਵੀਡੀਓ ਨੂੰ ਵੇਖਿਓ, ਤੁਹਾਨੂੰ ਥੋੜ੍ਹੀ ਜਿਹੀ ਡੀਪ ਅੰਡਰਸਟੈਂਡਿੰਗ ਇਸ ਟੌਪਿਕ ਦੀ ਹੋ ਸਕਦੀ ਹੈ। ਅੱਗੇ ਗੁਰੂ ਜੀ ਕਹਿੰਦੇ ਕਿ 9 ਦਰਵਾਜ਼ੇ 10 ਮੈਂ ਮੁਕਤਾ ਅਨਹਦ ਸ਼ਬਦ ਵਜਾਵਣਿਆ, ਕਿ ਜਦੋਂ ਮਨੁੱਖ ਨੇ ਗੁਰੂ ਦੇ ਸਨਮੁਖ ਰਹਿ ਕੇ ਉਸ ਪਰਮਾਤਮਾ ਦਾ ਨਾਮ ਹਾਸਲ ਕਰਕੇ ਆਪਦੇ ਅੰਦਰ ਵਸਦੇ ਹੋਏ ਉਸ ਪਰਮਾਤਮਾ ਨੂੰ ਪਛਾਣ ਲਿਆ ਤਾਂ ਉਹ 9 ਦਰਵਾਜ਼ਿਆਂ ਦੀਆਂ ਵਾਸਨਾਵਾਂ ਤੋਂ ਉੱਪਰ ਉੱਠ ਜਾਂਦਾ ਹੈ। ਇਹ 9 ਦਰਵਾਜ਼ੇ ਸਾਡੇ ਸਰੀਰ ਦੇ ਦਰਵਾਜ਼ੇ ਹਨ। 2 ਅੱਖਾਂ ਹਨ, 2 ਕੰਨ ਹਨ, 2 ਨਾਸਾਂ ਹਨ, 1 ਮੂੰਹ ਹੈ, 1 ਲਿੰਗ ਹੈ ਅਤੇ 1 ਗੁਦਾ ਹੈ। ਕੰਨਾਂ ਦੇ ਰਾਹੀਂ ਅਸੀਂ ਮਧੁਰ ਸੰਗੀਤ ਸੁਣਨਾ ਚਾਹੁੰਦੇ ਹਾਂ, ਚੰਗੀਆਂ ਗੱਲਾਂ ਸੁਣਨਾ ਚਾਹੁੰਦੇ ਹਾਂ, ਆਪਦੀ ਤਾਰੀਫ ਸੁਣਨਾ ਚਾਹੁੰਦੇ ਹਾਂ। ਅੱਖਾਂ ਦੇ ਰਾਹੀਂ ਅਸੀਂ ਸੋਹਣੀਆਂ ਸੋਹਣੀਆਂ ਚੀਜ਼ਾਂ, ਰਸਮਈ ਚੀਜ਼ਾਂ ਵੇਖਣੀਆਂ ਚਾਹੁੰਦੇ ਹਾਂ। ਨਾਸਾਂ ਦੇ ਰਾਹੀਂ ਅਸੀਂ ਸੋਹਣੀਆਂ ਸੋਹਣੀਆਂ ਖੁਸ਼ਬੂਆਂ ਸੁੰਘਣਾ ਚਾਹੁੰਦੇ ਹਾਂ। ਮੂੰਹ ਦੇ ਰਾਹੀਂ ਅਸੀਂ ਚੰਗੇ ਚੰਗੇ ਸਵਾਦਲੇ ਭੋਜਨ ਖਾਣੇ ਚਾਹੁੰਦੇ ਹਾਂ। ਅਤੇ ਲਿੰਗ ਅਤੇ ਗੁਦੇ ਦੇ ਰਾਹੀਂ ਅਸੀਂ ਆਪਦੇ ਕਾਮ ਆਦਿਕ ਜੋ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਨਾ ਚਾਹੁੰਦੇ ਹਾਂ। ਇਸ ਜਿੰਨੇ ਵੀ ਇਹ 9 ਜੋ ਦਰਵਾਜ਼ੇ ਹਨ ਸਾਡੇ ਸਰੀਰ ਦੇ, ਇਹਨਾਂ ਦਾ ਕੰਮ ਹੈ ਇਹ ਸਾਡੇ ਜੀਵਨ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਨੇ। ਪਰ ਉਸ ਤੋਂ ਇਲਾਵਾ ਅਸੀਂ ਕਈ ਵਾਰ ਆਪਦੀਆਂ ਲੋੜਾਂ ਤੋਂ ਉੱਪਰ ਉੱਠ ਕੇ ਵਾਸਨਾਵਾਂ ਦੇ ਵਿੱਚ ਵੀ ਦਾਖਲ ਕਰ ਜਾਂਦੇ ਹਾਂ ਅਤੇ ਫਿਰ ਇਹਨਾਂ ਦਰਵਾਜ਼ਿਆਂ ਦੇ ਰਾਹੀਂ ਹੀ ਅਸੀਂ ਆਪਣੀਆਂ ਵਾਸਨਾਵਾਂ ਵੀ ਪੂਰੀਆਂ ਕਰਦੇ ਹਾਂ। ਪਰ ਜਦੋਂ ਮਨੁੱਖ ਆਪਦੇ ਅੰਦਰੋਂ ਪਰਮਾਤਮਾ ਨੂੰ ਪਛਾਣ ਲੈਂਦਾ ਹੈ ਤਾਂ ਉਹ ਇਹਨਾਂ ਨੌਵਾਂ ਦਰਵਾਜ਼ਿਆਂ ਦੀਆਂ ਵਾਸਨਾਵਾਂ ਤੋਂ ਉੱਪਰ ਉੱਠ ਕੇ 10ਵੇਂ ਦੁਆਰ ਯਾਨੀ ਕਿ ਮਾਇੰਡ ਦੇ ਵਿੱਚ, ਆਪਣੇ ਮਨ ਦੇ ਵਿੱਚ, ਆਪਦੇ ਵਿਚਾਰ ਮੰਡਲ ਦੇ ਵਿੱਚ ਦਾਖਲ ਕਰ ਜਾਂਦਾ ਹੈ ਅਤੇ ਇਹਨਾਂ ਵਾਸਨਾਵਾਂ ਤੋਂ ਮੁਕਤੀ ਪਾ ਲੈਂਦਾ ਹੈ, ਆਜ਼ਾਦ ਹੋ ਜਾਂਦਾ ਹੈ। ਅਤੇ ਉਸ ਤੋਂ ਬਾਅਦ ਫਿਰ 1 ਰਸ ਸਿਫਤ ਸਲਾਹ ਦੀ ਬਾਣੀ ਦਾ ਅਭਿਆਸ ਹੁੰਦਾ ਹੈ, ਉਸ ਪਰਮਾਤਮਾ ਦੀ ਬਾਣੀ ਦਾ 1 ਰਸ ਵਰਖਾ ਉਸਦੇ ਅੰਦਰ ਹੁੰਦੀ ਰਹਿੰਦੀ ਹੈ। ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ, ਅਨਦਿਨ ਸਦਾ ਰਹਿ ਰੰਗ ਰਾਤਾ ਦਰ ਸੱਚਾ ਸੋਝੀ ਪਾਵਣਿਆ। ਮਾਲਕ ਪਰਮਾਤਮਾ, ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸਦੀ ਵਡਿਆਈ ਵੀ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਆਪਦੇ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਟਿਕਾ ਲਿਆ, ਉਹ ਮਨੁੱਖ ਹਰ ਵੇਲੇ ਉਸ ਪਰਮਾਤਮਾ ਦੇ ਪ੍ਰੇਮ ਵਿੱਚ ਮਸਤ ਰਹਿੰਦਾ ਹੈ ਅਤੇ ਉਸਨੂੰ ਸਹੀ ਜੀਵਨ ਦੀ ਸਮਝ ਪੈ ਜਾਂਦੀ ਹੈ। ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੈ ਲਾਗੀ ਭਰਮ ਭੁਲਾਣੀ, ਅਗਿਆਨੀ ਅੰਧਾ ਮਗ ਨਾ ਜਾਣਾ ਫਿਰ ਆਵਣ ਜਾਵਣਿਆ। ਜਿਹੜੇ ਮਨੁੱਖ ਨੇ ਚੰਗੇ ਮੰਦੇ ਕਰਮਾਂ ਦੀ ਤਮੀਜ਼ ਨਹੀਂ ਕੀਤੀ, ਬੇਸ਼ੱਕ ਕੋਈ ਕੰਮ ਭਲਾ ਹੋਵੇ, ਬੇਸ਼ੱਕ ਕੋਈ ਕੰਮ ਮਾੜਾ ਹੋਵੇ, ਜਿਹੜਾ ਮਨੁੱਖ ਉਸ ਕੰਮ ਨੂੰ ਕਰਨ ਤੋਂ ਸੰਕੋਚ ਨਹੀਂ ਕਰਦਾ, ਜਿਸ ਮਨੁੱਖ ਦੀ ਸੁਰਤ ਹਮੇਸ਼ਾ ਮਾਇਆ ਮੋਹ ਦੇ ਵਿੱਚ ਟਿਕੀ ਰਹਿੰਦੀ ਹੈ, ਮਾਇਆ ਦੀ ਭਟਕਣਾ ਦੇ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਜੋ ਮਨੁੱਖ ਚਾਹੁੰਦਾ ਹੈ ਕਿ ਮਾੜੇ ਕੰਮ ਕਰਕੇ ਵੀ ਮੈਂ ਪੈਸਾ ਹਾਸਲ ਕਰ ਲਵਾਂ, ਮਾਇਆ ਹਾਸਲ ਕਰ ਲਵਾਂ, ਉਹ ਮਾਇਆ ਦੇ ਵਿੱਚ ਅੰਨਾ ਹੋਇਆ ਮਨੁੱਖ ਜੀਵਨ ਦਾ ਸਹੀ ਰਸਤਾ ਸਮਝ ਨਹੀਂ ਪਾਉਂਦਾ ਅਤੇ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਗੁਰ ਸੇਵਾ ਅਤੇ ਸਦਾ ਸੁੱਖ ਪਾਇਆ, ਹਉਮੈ ਮੇਰਾ ਠਾਕ ਰਹਾਇਆ, ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ। ਗੁਰੂ ਦੀ ਦੱਸੀ ਹੋਈ ਸੇਵਾ ਦੇ ਰਾਹੀਂ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ, ਹਉਮੈ ਅਤੇ ਮਮਤਾ ਨੂੰ ਰੋਕ ਕੇ ਆਪਦੇ ਵੱਸ ਵਿੱਚ ਰੱਖਦਾ ਹੈ। ਗੁਰੂ ਦੀ ਸਿੱਖਿਆ ਉੱਪਰ ਤੁਰ ਕੇ ਹੀ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਵੀ ਦੂਰ ਕਰ ਲੈਂਦਾ ਹੈ, ਉਸਦੇ ਦਿਮਾਗ ਦੇ ਉਹ ਕਰੜੇ ਕਪਾਟ ਖੁੱਲ੍ਹ ਜਾਂਦੇ ਨੇ, ਕਰੜੇ ਕਵਾੜ, ਕਰੜੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ ਜਿਹੜੇ ਮਾਇਆ ਦੇ ਮੋਹ ਨੇ ਜਕੜੇ ਹੋਏ ਸੀ। ਅਤੇ ਜਦੋਂ ਉਹ ਦਰਵਾਜ਼ੇ ਖੁੱਲ੍ਹ ਗਏ ਤਾਂ ਅਸੀਂ ਫਿਰ ਉਸ 10ਵੇਂ ਦੁਆਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ, ਸਾਡੇ ਵਿਚਾਰ ਮੰਡਲ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ, ਜਿਸ ਤੋਂ ਬਾਅਦ ਕਿ ਸਾਨੂੰ ਆਪਦੇ ਜੀਵਨ ਦੀ ਸਮਝ ਪੈ ਜਾਂਦੀ ਹੈ। ਹਉਮੈ ਮਾਰ ਮਨ ਵਸਾਇਆ, ਗੁਰ ਚਰਨੀ ਸਦਾ ਚਿੱਤ ਲਾਇਆ, ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਜਿਸ ਮਨੁੱਖ ਨੇ ਸਦਾ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਿਆ, ਜਿਸਨੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਆਪਦੇ ਮਨ ਦੇ ਵਿੱਚ ਗੁਰੂ ਦਾ ਸ਼ਬਦ ਵਸਾਈ ਰੱਖਿਆ, ਗੁਰੂ ਦੀ ਕਿਰਪਾ ਦੇ ਨਾਲ ਉਸਦਾ ਮਨ ਅਤੇ ਤਨ ਪਵਿੱਤਰ ਹੋ ਜਾਂਦਾ ਹੈ, ਉਹ ਫਿਰ ਪਰਮਾਤਮਾ ਦਾ ਨਾਮ ਸਦਾ ਸਿਮਰਦਾ ਰਹਿੰਦਾ ਹੈ। ਜੀਵਨ ਮਰਨਾ ਸਭ ਤੁਦੈ ਤਾਈਂ, ਜਿਸ ਬਖਸੇ ਤਿਸ ਦੇ ਵਡਿਆਈ, ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ। ਕਹਿੰਦੇ ਜਿਉਣਾ ਅਤੇ ਮਰਨਾ
ਜੀਵਨ ਅਤੇ ਮੌਤ ਸਭ ਤੇਰੇ ਹੱਥ ਵਿੱਚ ਹੈ। ਜਿਸ ਨੂੰ ਤੂੰ ਬਖਸ਼ਦਾ ਹੈ ਉਸ ਇਨਸਾਨ ਨੂੰ ਇਸ ਦੁਨੀਆ ਦੇ ਉੱਪਰ ਵਡਿਆਈ ਮਿਲਦੀ ਹੈ। ਹੇ ਨਾਨਕ, ਤੂੰ ਉਸ ਪਰਮਾਤਮਾ ਦਾ ਨਾਮ ਧਿਆਇਆ ਕਰ, ਸਦਾ ਧਿਆਇਆ ਕਰ, ਜਿਸ ਦੇ ਨਾਮ ਧਿਆਉਣ ਨਾਲ ਕਿ ਜੀਵਨ ਜੰਮਣ ਤੋਂ ਲੈ ਕੇ ਮਰਨ ਤੱਕ ਦਾ ਜੀਵਨ ਦਾ ਜੋ ਸਫ਼ਰ ਹੈ ਉਹ ਸੁਹਾਵਣਾ ਬਣ ਜਾਂਦਾ ਹੈ, ਸੋਹਣਾ ਬਣ ਜਾਂਦਾ ਹੈ। ਮਾਚ ਮਹਿਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਬਿਨ ਤੱਕੜੀ ਤੋਲੈ ਸੰਸਾਰਾ। ਗੁਰਮੁਖ ਹੋਵੈ ਸੋਈ ਬੁੱਝੈ, ਗੁਣ ਕਹਿ ਗੁਣੀ ਸਮਾਵਣਿਆ। ਗੁਰੂ ਜੀ ਕਹਿੰਦੇ ਕਿ ਮੇਰਾ ਪਿਆਰਾ ਪ੍ਰਭੂ ਆਪ ਪਵਿੱਤਰ ਸਰੂਪ ਹੈ, ਅਪਹੁੰਚ ਹੈ ਅਤੇ ਬੇਅੰਤ ਹੈ। ਉਸਨੂੰ ਜੀਵਾਂ ਦੇ ਜੀਵਨ ਨੂੰ ਨਿਰਖਣ ਲਈ, ਪਰਖਣ ਲਈ ਤੱਕੜੀ ਦੀ ਸਹਾਇਤਾ ਲੈਣ ਦੀ ਲੋੜ ਨਹੀਂ ਪੈਂਦੀ। ਉਹ ਹਰ ਜੀਵ ਦੇ ਅੰਦਰ ਵਿਆਪਕ ਹੈ। ਉਸਦੇ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ। ਉਹ ਗੁਰੂ ਦੇ ਰਾਹੀਂ ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ। ਹਉ ਵਾਰੀ ਜੀਓ ਵਾਰੀ, ਹਰ ਕਾ ਨਾਮ ਮਨ ਵਸਾਵਣਿਆ। ਜੋ ਸੱਚ ਲਾਗੇ ਸੇ ਅਨਦਨ ਜਾਗੇ, ਦਰ ਸੱਚੇ ਸੋਭਾ ਪਾਵਣਿਆ ਰਹਾਉ। ਕਹਿੰਦੇ ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਉਂਦੇ ਹਨ। ਜਿਹੜੇ ਮਨੁੱਖ ਉਸ ਪਰਮਾਤਮਾ ਨਾਲ ਲਿਵ ਲਾਈ ਰੱਖਦੇ ਹਨ ਉਹ ਹਰ ਵੇਲੇ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦੇ ਹਨ। ਉਹ ਆਪਦੇ ਮਨ ਦੇ ਵਿਚਾਰ ਮੰਡਲ ਵਿੱਚ ਦਾਖਲ ਹੋ ਜਾਂਦੇ ਹਨ। ਉਹਨਾਂ ਨੂੰ ਇਸ ਗੱਲ ਦੀ ਹਮੇਸ਼ਾ ਸੋਝੀ ਰਹਿੰਦੀ ਹੈ ਕਿ ਕਿਸ ਵਕਤ ਉਹ ਮਾਇਆ ਮੋਹ ਵੱਲ ਨੂੰ ਜਾ ਰਹੇ ਨੇ, ਕਿਸ ਵਕਤ ਉਹ ਵਿਕਾਰਾਂ ਵੱਲ ਨੂੰ ਜਾ ਰਹੇ ਨੇ। ਅਤੇ ਜਦੋਂ ਇਹ ਸੋਝੀ ਆ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਉੱਧਰੋਂ ਜਾਣ ਤੋਂ ਰੋਕ ਵੀ ਸਕਦੇ ਨੇ। ਅਤੇ ਅਜਿਹੇ ਜੋ ਮਨੁੱਖ ਹੁੰਦੇ ਹਨ ਉਸ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਸਦਾ ਸ਼ੋਭਾ ਖੱਟਦੇ ਹਨ। ਆਪ ਸੁਣੈ ਅਤੇ ਆਪੇ ਵੇਖੈ, ਜਿਸਨੋਂ ਨਦਰ ਕਰੇ ਸੋਈ ਜਨ ਲੇਖੈ। ਆਪੇ ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾਵਣਿਆ। ਪਰਮਾਤਮਾ ਆਪ ਹੀ ਸਾਰੇ ਜੀਵਾਂ ਦੀ ਅਰਦਾਸ ਸੁਣਦਾ ਹੈ ਅਤੇ ਆਪ ਹੀ ਉਹਨਾਂ ਦੀ ਸਾਂਭ ਸੰਭਾਲ ਵੀ ਕਰਦਾ ਹੈ। ਜਿਸ ਜੀਵ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹੀ ਮਨੁੱਖ ਉਸਦੇ ਦਰ 'ਤੇ ਕਬੂਲ ਹੁੰਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਆਪ ਆਪਣੀ ਯਾਦ ਵਿੱਚ ਜੋੜੀ ਰੱਖਦਾ ਹੈ ਉਹੀ ਜੁੜਿਆ ਰਹਿੰਦਾ ਹੈ। ਉਹ ਗੁਰੂ ਦੇ ਸਨਮੁਖ ਹੋ ਕੇ ਸਦਾ ਸਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰੇ ਕਰਮ ਮਿਲਾਵਣਿਆ। ਜਿਸ ਮਨੁੱਖ ਨੂੰ ਪਰਮਾਤਮਾ ਆਪ ਗਲਤ ਰਸਤੇ ਪਾ ਦੇਵੇ ਉਹ ਸਹੀ ਰਸਤਾ ਲੱਭਣ ਦੇ ਲਈ ਕਿਸੇ ਹੋਰ ਦਾ ਸਹਾਰਾ, ਕਿਸੇ ਹੋਰ ਦਾ ਆਸਰਾ ਨਹੀਂ ਲੈ ਸਕਦੇ। ਉਹਨਾਂ ਨੂੰ ਸਹੀ ਰਸਤਾ ਵੀ ਪਰਮਾਤਮਾ ਆਪ ਹੀ ਵਿਖਾਉਂਦਾ ਹੈ। ਪੂਰਬਲੇ ਜਨਮ ਵਿੱਚ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਿਟਾਇਆ ਨਹੀਂ ਜਾ ਸਕਦਾ। ਉਹ ਲੇਖ ਮਨੁੱਖ ਨੂੰ ਕੁਰਾਹੇ ਪਾਈ ਰੱਖਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਵੱਡੇ ਭਾਗਾਂ ਵਾਲੇ ਜਾਣੋ, ਉਹਨਾਂ ਨੂੰ ਪੂਰੀ ਮਿਹਰ ਨਾਲ ਪ੍ਰਭੂ ਆਪਣੇ ਚਰਨਾਂ ਦੇ ਵਿੱਚ ਮਿਲਾਈ ਰੱਖਦਾ ਹੈ। ਇਹ ਜੋ ਪੂਰਬਲੇ ਜਨਮਾਂ ਦੀ ਗੱਲ ਹੈ ਇਹ ਤੁਹਾਨੂੰ ਐਕਸਪਲੇਨ ਅਸੀਂ ਕਰ ਚੁੱਕੇ ਹਾਂ, ਤੁਸੀਂ ਉਸ ਤੋਂ ਕੁਝ ਨਾ ਕੁਝ ਜ਼ਰੂਰ ਸਮਝੇ ਹੋਵੋਗੇ। ਹੁਣ ਕਈ ਵਾਰੀ ਇਹ ਲੇਖ ਜਿਹੜੇ ਨੇ ਉਹ ਸਾਡੇ ਆਪਣੇ ਹੱਥ ਦੇ ਵਿੱਚ ਨਹੀਂ ਹੁੰਦੇ। ਖਾਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ 15-16 ਸਾਲ ਦੀ ਉਮਰ ਤੱਕ ਬੱਚੇ ਨੂੰ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਸਹੀ ਗਲਤ ਦੀ। ਉਹਨੂੰ ਪਤਾ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਦੀ ਸੰਗਤ ਦੇ ਵਿੱਚ ਵਿਚਰ ਰਿਹਾ ਹੈ। ਅਤੇ ਜਿੱਦਾਂ ਦੀ ਸੰਗਤ ਦੇ ਵਿੱਚ ਉਹ ਵਿਚਰਦਾ ਹੈ ਉੱਦਾਂ ਦੇ ਹੀ ਵਿਚਾਰ ਹਾਸਲ ਕਰ ਲੈਂਦਾ ਹੈ, ਉਹੀ ਵਿਚਾਰ ਉਹਦੇ ਲੇਖ ਬਣ ਜਾਂਦੇ ਨੇ। ਅਤੇ ਉਹਨਾਂ ਵਿਚਾਰਾਂ ਦੇ ਆਧਾਰ 'ਤੇ ਹੀ ਉਹ ਫਿਰ ਆਪਣਾ ਅਗਲਾ ਜੋ ਜੀਵਨ ਹੈ, ਅੱਗੇ ਦਾ ਜੋ ਜੀਵਨ ਹੈ ਉਹ ਜਿਉਂਦਾ ਹੈ। ਜੇਕਰ ਤੁਹਾਨੂੰ ਸੰਗਤ ਚੰਗੀ ਮਿਲੀ ਹੈ, ਤੁਸੀਂ ਚੰਗੇ ਵਿਚਾਰ ਹਾਸਲ ਕੀਤੇ ਹਨ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਚੰਗਾ ਬਣਾ ਲਓਗੇ। ਪਰ ਜੇ ਕਿਤੇ ਬਦਕਿਸਮਤੀ ਦੇ ਨਾਲ ਤੁਹਾਨੂੰ ਸੰਗਤ ਹੀ ਮਾੜੀ ਮਿਲ ਗਈ ਸ਼ੁਰੂਆਤ ਤੁਹਾਡੀ ਜੀਵਨ ਦੇ ਸ਼ੁਰੂਆਤ ਵਾਲੇ ਸਮੇਂ ਦੇ ਵਿੱਚ, ਤਾਂ ਤੁਸੀਂ ਮਾੜੇ ਵਿਚਾਰ ਹਾਸਲ ਕਰ ਲਏ। ਕਈ ਵਾਰ ਅਸੀਂ ਆਪਣੇ ਪਰਿਵਾਰ ਵਿੱਚੋਂ ਹੀ ਮਾੜੇ ਵਿਚਾਰ ਹਾਸਲ ਕਰ ਲੈਂਦੇ ਹਾਂ। ਪਰਿਵਾਰ ਦੇ ਵਿੱਚ ਹੀ ਜਦੋਂ ਅਸੀਂ ਆਪਣੇ ਵੱਡਿਆਂ ਨੂੰ ਵੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਵਰਤਾਰਾ ਕਰਦੇ ਹਨ ਤਾਂ ਅਸੀਂ ਵੀ ਉਹਨਾਂ ਤੋਂ ਕੁਝ ਨਾ ਕੁਝ ਉਹ ਚੀਜ਼ਾਂ ਹਾਸਲ ਕਰ ਲੈਂਦੇ ਹਾਂ। ਜੇਕਰ ਪਰਿਵਾਰ ਦੇ ਵਿੱਚ ਕੋਈ ਮਾਂ ਜਾਂ ਪਿਓ ਗੁੱਸੇ ਬਹੁਤ ਹੁੰਦਾ ਹੈ ਤਾਂ ਸਾਡੇ ਵਿੱਚ ਵੀ ਕੁਝ ਨਾ ਕੁਝ ਹੱਦ ਤੱਕ ਉਹ ਗੁੱਸਾ ਆ ਜਾਂਦਾ ਹੈ, ਅਸੀਂ ਵੀ ਚਿੜਚਿੜੇ ਹੋ ਜਾਂਦੇ ਹਾਂ। ਅਤੇ ਉਹ ਜੋ ਚਿੜਚਿੜਾਪਨ ਹੈ ਜ਼ਿੰਦਗੀ ਭਰ ਫਿਰ ਸਾਨੂੰ ਦੁਖੀ ਕਰਦਾ ਹੈ। ਤਾਂ ਉਹ ਜੋ ਲੇਖ ਨੇ ਉਹ ਸਾਡੇ ਜੀਵਨ ਦੇ ਸ਼ੁਰੂਆਤੀ ਸਮੇਂ ਦੇ ਵਿੱਚ ਲਿਖੇ ਜਾਂਦੇ ਨੇ ਸਾਡੀ ਸੰਗਤ ਦੇ ਆਧਾਰ 'ਤੇ। ਅੱਗੇ ਚੱਲਦੇ ਹਾਂ। ਕਹਿੰਦੇ ਪੇਈ ਅੜੈ ਧਨ ਅਨਦਿਨ ਸੁੱਤੀ, ਕੰਤ ਵਿਸਾਰੀ ਅਵਗਨ ਮੁੱਤੀ। ਅਨਦਿਨ ਸਦਾ ਫਿਰੈ ਵਿਲ ਲਾਂਦੀ, ਵਿਨ ਪਿਰ ਨੀਂਦ ਨਾ ਪਾਵਣਿਆ।
ਕਹਿੰਦੀ ਜਿਹੜੀ ਜੀਵ ਇਸਤਰੀ ਇਸ ਲੋਕ ਵਿੱਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਮਸਤ ਰਹਿੰਦੀ ਹੈ, ਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ। ਉਹ ਆਪਣੀ ਭੁੱਲ ਦੇ ਕਾਰਨ ਛੁੱਟੜ ਹੋਈ ਪਈ ਹੈ। ਉਸ ਨੂੰ ਉਸਦੇ ਪਤੀ ਨੇ, ਖਸਮ ਪਰਮਾਤਮਾ ਨੇ ਛੱਡ ਦਿੱਤਾ ਹੈ। ਉਹ ਜੀਵ ਇਸਤਰੀ ਹਰ ਵੇਲੇ ਦੁਖੀ ਭਟਕਦੀ ਫਿਰਦੀ ਹੈ। ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਉਸਨੂੰ ਆਤਮਕ ਸੁੱਖ ਨਹੀਂ ਮਿਲਦਾ। ਪੇਈ ਅੜੇ ਸੁਖਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ, ਸੇਜ ਸੁਹਾਵੀ ਸਦਾ ਪਿਰ ਰਾਵੇ ਸੱਚ ਸਿਗਾਰ ਬਣਾ ਬਣਿਆ। ਅਤੇ ਜਿਹੜੀ ਜੀਵ ਇਸਤਰੀ ਨੇ ਪੇਕੇ ਘਰ ਦੇ ਵਿੱਚ ਰਹਿੰਦੇ ਹੋਏ ਹੀ ਉਸ ਪਰਮਾਤਮਾ ਪਤੀ ਦੇ ਨਾਲ ਡੂੰਘੀ ਸਾਂਝ ਪਾ ਲਈ, ਜਿਸ ਨੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਪਤੀ ਨੂੰ ਪਛਾਣ ਲਿਆ। ਕਿਉਂਕਿ ਪਛਾਣਨਾ ਜ਼ਿਆਦਾ ਜ਼ਰੂਰੀ ਹੈ, ਜਿੰਨਾ ਚਿਰ ਤੁਸੀਂ ਉਸ ਪਰਮਾਤਮਾ ਦੀ ਹੋਂਦ ਨੂੰ ਪਹਿਚਾਣਦੇ ਨਹੀਂ ਉਨਾ ਚਿਰ ਉਸਦੇ ਨਾਲ ਸਾਂਝ ਨਹੀਂ ਪਾ ਸਕਦੇ। ਸੋ ਜਿਹੜੀ ਜੀਵ ਇਸਤਰੀ ਨੇ ਉਸ ਪਰਮਾਤਮਾ ਪਤੀ ਨੂੰ ਪਛਾਣ ਲਿਆ, ਉਸਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ। ਉਹ ਸਦਾ ਪ੍ਰਭੂ ਪਤੀ ਦਾ ਮਿਲਾਪ ਮਾਣਦੀ ਹੈ, ਸਦਾ ਫਿਰ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ। ਲੱਖ 84 ਜੀ ਉਪਾਏ, ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ, ਕਿਲਵਿਖ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ। ਪਰਮਾਤਮਾ ਨੇ 84 ਲੱਖ ਜੂਨਾਂ ਦੇ ਵਿੱਚ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ। ਜਿਸ ਜੀਵ ਉੱਤੇ ਉਹ ਮਿਹਰ ਦੀ ਨਜ਼ਰ ਕਰਦਾ ਹੈ ਉਸਨੂੰ ਗੁਰੂ ਮਿਲਾ ਦਿੰਦਾ ਹੈ। ਗੁਰੂ ਦੇ ਚਰਨਾਂ ਵਿੱਚ ਜੁੜੇ ਹੋਏ ਬੰਦੇ ਆਪਣੇ ਪਾਪ ਦੂਰ ਕਰਕੇ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਅਤੇ ਸਦਾ ਥਿਰ ਪ੍ਰਭੂ ਦੇ ਦਰ 'ਤੇ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਸ਼ੋਭਾ ਪਾਉਂਦੇ ਨੇ। ਲੇਖਾ ਮੰਗੈ ਤਾਂ ਕਿੰਨੀ ਦੀਐ, ਸੁੱਖ ਨਾਹੀਂ ਫੁਨ ਦੂਐ ਤੀਐ, ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾ ਬਣਿਆ। ਅਸੀਂ ਜੋ ਜੀਵ ਹਾਂ ਅਸੀਂ ਭੁੱਲਣਹਾਰ ਹਾਂ, ਅਸੀਂ ਆਪਦੇ ਮਾੜੇ ਕੰਮ ਭੁੱਲ ਜਾਂਦੇ ਹਾਂ। ਜੇ ਪ੍ਰਭੂ ਸਾਡੇ ਕੀਤੇ ਕਰਮਾਂ ਦਾ ਹਿਸਾਬ ਮੰਗਣ ਲੱਗੇ ਤਾਂ ਕੋਈ ਵੀ ਜੀਵ ਹਿਸਾਬ ਦੇ ਨਹੀਂ ਸਕਦਾ। ਕੋਈ ਵੀ ਜੀਵ ਆਪਦੇ ਲੇਖੇ ਦੇ ਉੱਤੇ ਪੂਰਾ ਨਹੀਂ ਉਤਰ ਸਕਦਾ। ਆਪਣੇ ਕੀਤੇ ਕਰਮਾਂ ਦਾ ਲੇਖਾ ਗਿਣਾਇਆ ਭਾਵ ਆਪਣੇ ਜੋ ਲੇਖਾ ਹੈ ਉਸ ਤੋਂ ਸੁਰਖਰੂ ਹੋਣ ਦੀ ਜੋ ਆਸ ਹੈ ਉਹ ਕਿਸੇ ਮਨੁੱਖ ਅੰਦਰ ਪੈਦਾ ਹੋ ਨਹੀਂ ਸਕਦੀ, ਕਿਉਂਕਿ ਅਸੀਂ ਉਹ ਲੇਖਾ ਦੇ ਹੀ ਨਹੀਂ ਸਕਦੇ। ਇਸ ਕਰਕੇ ਅਸੀਂ ਆਤਮਕ ਆਨੰਦ ਨਹੀਂ ਲੈ ਸਕਦੇ। ਜਦੋਂ ਸਾਨੂੰ ਪਤਾ ਹੈ ਕਿ ਅਸੀਂ ਇਸ ਗੱਲ ਦੇ ਵਿੱਚ ਖਰੇ ਨਹੀਂ ਉਤਰ ਸਕਦੇ ਤਾਂ ਅਸੀਂ ਆਪਦੇ ਆਪ ਮਨ ਨੂੰ ਸਥਿਰ ਵੀ ਨਹੀਂ ਕਰ ਪਾਵਾਂਗੇ, ਅਸੀਂ ਆਪਦੇ ਆਤਮਾ ਨੂੰ ਸ਼ਾਂਤ ਵੀ ਨਹੀਂ ਕਰ ਪਾਵਾਂਗੇ। ਪਰਮਾਤਮਾ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ ਦੇ ਵਿੱਚ ਮਿਲਾ ਲੈਂਦਾ ਹੈ, ਉਹ ਆਪ ਹੀ ਬਖਸ਼ਣਹਾਰ ਹੈ। ਆਪ ਕਰੇ ਤੈਂ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ, ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾਵਣਿਆ। ਸਭ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ ਅਤੇ ਆਪ ਹੀ ਜੀਵਾਂ ਪਾਸੋਂ ਵੀ ਕੰਮ ਕਰਵਾਉਂਦਾ ਹੈ। ਪ੍ਰਭੂ ਆਪ ਹੀ ਪੂਰੇ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਚਰਨਾਂ ਦੇ ਵਿੱਚ ਮਿਲਾਉਂਦਾ ਹੈ। ਹੇ ਨਾਨਕ, ਜਿਸ ਮਨੁੱਖ ਨੂੰ ਉਸਦੇ ਦਰ ਤੋਂ ਉਸਦਾ ਨਾਮ ਮਿਲਦਾ ਹੈ ਉਸਨੂੰ ਉਸਦੀ ਹਜ਼ੂਰੀ ਦੇ ਵਿੱਚ ਆਦਰ ਮਿਲਦਾ ਹੈ। ਪ੍ਰਭੂ ਆਪ ਹੀ ਉਸਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਹੈ। ਸੋ ਇਸ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110ਵੇਂ ਪੰਨੇ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਇਸ ਅੰਗ ਦੀ ਬਾਣੀ ਦੇ ਵਿੱਚ ਅਸੀਂ ਆਪਦੇ 9 ਦੁਆਰਾਂ ਦੀਆਂ ਵਾਸਨਾਵਾਂ ਤੋਂ ਉੱਪਰ ਉੱਠ ਕੇ 10ਵੇਂ ਦੁਆਰ ਯਾਨੀ ਕਿ ਵਿਚਾਰ ਮੰਡਲ ਦੇ ਵਿੱਚ ਦਾਖਲ ਹੋਣ ਦੀ ਗੱਲ ਸਿੱਖੀ ਕਿ ਕਿਸ ਤਰ੍ਹਾਂ ਆਪਦੇ ਤਨ ਅਤੇ ਮਨ ਦੇ ਪ੍ਰਤੀ ਚੇਤੰਨ ਹੋਣਾ, ਸੁਚੇਤ ਹੋਣਾ ਸਾਨੂੰ ਉਸ 10ਵੇਂ ਦੁਆਰ ਤੱਕ ਲੈ ਜਾਂਦਾ ਹੈ, ਜਿੱਥੇ ਜਾ ਕੇ ਅਸੀਂ ਉਸ ਪਰਮਾਤਮਾ ਦੇ ਨਾਲ ਇੱਕਮਿੱਕ ਹੋ ਸਕਦੇ ਹਾਂ, ਜਿੱਥੇ ਜਾ ਕੇ ਅਸੀਂ ਆਪਦੇ ਭਟਕਦੇ ਹੋਏ ਮਨ ਨੂੰ ਸ਼ਾਂਤ ਕਰ ਸਕਦੇ ਹਾਂ, ਇਸ ਜੋ ਜਨਮ ਮਰਨ ਦਾ ਚੱਕਰ ਹੈ ਇਸ ਨੂੰ ਮਿਟਾ ਸਕਦੇ ਹਾਂ। ਅਸੀਂ ਉਸ ਪਰਮਾਤਮਾ ਦੇ ਅੱਗੇ ਤੁਹਾਡੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਰੀ ਦੁਨੀਆ ਨੂੰ ਤੰਦਰੁਸਤੀ ਬਖਸ਼ੇ ਅਤੇ ਜਲਦੀ ਤੋਂ ਜਲਦੀ ਇਹ ਜੋ ਸੰਕਟ ਦੁਨੀਆ ਦੇ ਉੱਪਰ ਆਇਆ ਹੋਇਆ ਹੈ ਇਸ ਤੋਂ ਦੁਨੀਆ ਨੂੰ ਬਾਹਰ ਨਿਕਾਲੇ। ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਬਖਸ਼ਦੇ ਹੋ ਇਸ ਚੈਨਲ ਨੂੰ ਵੀ, ਮੈਨੂੰ ਵੀ ਅਤੇ ਗੁਰੂ ਦੀ ਬਾਣੀ ਨੂੰ ਵੀ। ਇਸੇ ਤਰ੍ਹਾਂ ਆਪਦਾ ਪਿਆਰ ਬਣਾਈ ਰੱਖੋ, ਹੋਰਨਾਂ ਲੋਕਾਂ ਨੂੰ ਵੀ ਨਾਲ ਜੋੜਦੇ ਜਾਈਏ, ਅੱਗੇ ਤੋਂ ਅੱਗੇ ਜੋ ਇਹ ਵੀਡੀਓਜ਼ ਨੇ ਇਹਨਾਂ ਨੂੰ ਸ਼ੇਅਰ ਕਰਦੇ ਜਾਈਏ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।